ਇੱਕ ਸਾਬਕਾ ਮਹਿਲਾ ਸਰਪੰਚ ਦੇ ਨਾਲ ਲੁੱਟ ਦੀ ਵਾਰਦਾਤ ਹੋਈ ਹੈ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਰਾਹ ਦੇ ਵਿੱਚ ਤੁਰੇ ਜਾਂਦੇ ਇਸ ਸਾਬਕਾ ਮਹਿਲਾ ਸਰਪੰਚ ਦੇ ਗੱਲ ਚੋਏ ਲੁਟੇਰੇ ਚੇਨ ਚਪਟ ਕੇ ਫਰਾਰ ਹੋ ਜਾਂਦੇ ਨੇ, ਜੋ ਕਿ ਪਹਿਲਾਂ ਹੀ ਸੜਕ ਦੇ ਕੰਢੇ ਤੇ ਖੜੇ ਸਨ, ਬਾਈਕ ਰੋਕ ਕੇ ਇੰਤਜ਼ਾਰ ਕਰ ਰਹੇ ਸਨ ਤੇ ਜਿਵੇਂ ਹੀ ਇਹ ਸਾਬਕਾ ਮਹਿਲਾ ਸਰਪੰਚ ਉਹਨਾਂ ਦੇ ਕੋਲੋਂ ਲੰਘਣ ਲੱਗਦੀ ਹੈ ਤਾਂ ਪਿੱਛੇ ਬੈਠਾ ਬਾਈਕ ਸਵਾਰ ਉਸ ਦੀ ਗੱਲ ਚੋਂ ਚੇਨ ਚਪਟ ਲੈਂਦਾ ਹੈ ਤੇ ਫਰਾਰ ਹੋ ਜਾਂਦਾ ਹੈ। ਹਾਲਾਂਕਿ ਇਸੇ ਸਾਬਕਾ ਮਹਿਲਾ ਸਰਪੰਚ ਦੇ ਵੱਲੋਂ ਇਹਨਾਂ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਜਾਂਦਾ ਹੈ, ਕਾਫੀ ਦੂਰ ਤੱਕ ਇਹ ਪਿੱਛੇ ਭੱਜਦੀ ਹੈ ਪਰ ਫਿਰ ਵੀ ਲੁਟੇਰੇ ਹੱਥ ਨਹੀਂ ਆਉਂਦੇ ਤੇ ਫਰਾਰ ਹੋ ਜਾਂਦੇ ਨੇ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ। ਵੀਡੀਓ ਲੁਧਿਆਣਾ ਦੇ ਪੌਸ਼ ਇਲਾਕੇ ਤੇ ਮਸ਼ਹੂਰ ਮੰਡੀ ਘੁਮਾਰ ਮੰਡੀ ਦੀ ਹੈ, ਜਿੱਥੇ ਮੰਡੀ ਦੇ ਵਿੱਚ ਤੁਸੀਂ ਦੇਖੋ ਕਿ ਟ੍ਰੈਫਿਕ ਕਿੰਨਾ ਹੈ, ਆਸੇ ਪਾਸੇ ਵੀ ਵਾਹਨ ਲੰਘ ਰਹੇ ਨੇ, ਗੱਡੀਆਂ ਲੰਘ ਰਹੀਆਂ ਨੇ। ਇਸੇ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਬਾਈਕ ਰੋਕ ਕੇ ਦੋ ਲੁਟੇਰੇ ਖੜੇ ਹੁੰਦੇ ਨੇ ਤੇ ਜਿਵੇਂ ਹੀ ਇਹ ਮਹਿਲਾ ਸਾਬਕਾ ਸਰਪੰਚ ਉਹਨਾਂ ਦੇ ਕੋਲੋਂ ਲੰਘਣ ਲੱਗਦੀ ਹੈ ਤਾਂ ਉਸਦੇ ਗੱਲ ਦੇ ਵਿੱਚੋਂ ਚੇਨ ਚਪਟ ਲੈਂਦੇ ਨੇ। ਪਰਮਿੰਦਰ ਕੌਰ ਨੇ ਦੱਸਿਆ ਹੈ ਕਿ ਉਸਦੇ ਪਤੀ ਨਵਤੇਜ ਸਿੰਘ ਤੇ ਉਹ ਖੁਦ ਵੀ ਪਿੰਡ ਮੰਨੇਵਾਲ ਦੇ ਸਾਬਕਾ ਸਰਪੰਚ ਰਹਿ ਚੁੱਕੇ ਨੇ ਤੇ ਘੁਮਾਰ ਮੰਡੀ ਦੇ ਨੇੜੇ ਮਾਇਆ ਨਗਰ ਦੇ ਵਿੱਚ ਉਹਨਾਂ ਦੇ ਪਿਤਾ ਰਹਿੰਦੇ ਨੇ, ਜੋ ਕਿ ਕੁਝ ਦਿਨਾਂ ਤੋਂ ਬਿਮਾਰ ਨੇ, ਜਿਸ ਕਰਕੇ ਉਹ ਆਪਣੇ ਸਹੁਰੇ ਦੀ ਦਵਾਈ ਲੈਣ ਦੇ ਲਈ ਆਈ ਸੀ ਤੇ ਦਵਾਈ ਲੈ ਕੇ ਵਾਪਸ ਘਰ ਨੂੰ ਜਾ ਰਹੀ ਸੀ, ਜਿਸ ਦੌਰਾਨ ਉਹ ਘਰ ਜਾ ਰਹੀ ਸੀ ਤਾਂ ਇਸੇ ਦੌਰਾਨ ਸਾਹਮਣੇ ਬਾਜ਼ਾਰ ਦੇ ਵਿੱਚ ਸੜਕ ਦੇ ਕੰਢੇ ਤੇ ਹੀ ਇਹ ਦੋ ਲੁਟੇਰੇ ਬਾਈਕ ਰੋਕ ਕੇ ਖੜੇ ਸਨ ਅਤੇ ਜਿਵੇਂ ਹੀ ਇਹ ਸਾਬਕਾ ਮਹਿਲਾ ਸਰਪੰਚ ਉਹਨਾਂ ਦੇ ਕੋਲੋਂ ਲੰਘਣ ਲੱਗਦੀ ਹੈ ਤਾਂ ਬਾਈਕ ਦੇ ਪਿੱਛੇ ਬੈਠਾ ਲੁਟੇਰਾ ਗਰਦ ਵਿੱਚ ਹੱਥ ਪਾਉਂਦਾ ਹੈ ਤਾਂ ਇਸ ਸਾਬਕਾ ਮਹਿਲਾ ਸਰਪੰਚ ਦੀ ਚੇਨ ਨੂੰ ਚਪਟ ਲੈਂਦਾ ਹੈ ਤੇ ਫਿਰ ਫਰਾਰ ਹੋ ਜਾਂਦੇ ਨੇ। ਇਸ ਮਹਿਲਾ ਸਰਪੰਚ ਦੇ ਵੱਲੋਂ ਕਾਫੀ ਦੂਰ ਤੱਕ ਇਹਨਾਂ ਦਾ ਪਿੱਛਾ ਵੀ ਕੀਤਾ ਜਾਂਦਾ ਹੈ ਪਰ ਲੁਟੇਰੇ ਹੱਥ ਨਹੀਂ ਆਉਂਦੇ ਤੇ ਫਰਾਰ ਹੋ ਜਾਂਦੇ ਨੇ। ਫਿਲਹਾਲ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰਮਿੰਦਰ ਕੌਰ ਨੇ ਦੱਸਿਆ ਹੈ ਕਿ ਉਸਨੇ 1 ਤੋਲੇ ਦੀ ਸੋਨੇ ਦੀ ਚੇਨ ਆਪਣੇ ਗਲ 'ਚ ਪਾਈ ਹੋਈ ਸੀ ਤੇ ਇਹ ਬਦਮਾਸ਼ ਲੁਟੇਰੇ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਸੀ, ਰੁਕੇ ਹੋਏ ਸਨ ਤੇ ਜਿਵੇਂ ਹੀ ਉਹ ਕੋਲੋਂ ਦੀ ਲੰਘਦੀ ਹੈ ਤਾਂ ਮੌਕਾ ਦੇਖ ਕੇ ਚੇਨ ਚਪਟ ਲੈਂਦੇ ਨੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਇਹਨਾਂ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।